ਸ਼ਬੀਰ ਖੈਮੇ ਦੇ ਅੱਛਾ ਨੌਕਰ ਬਾਬਾ ਇੱਕ ਛੱਡ ਜਾਈ ਫਿਰ ਜ਼ਮੀਨ ਪੈਰਾਂ ਦੇ ਬੋਸਿਆਂ ਆਤਮੀਆ ਜਦੋਂ ਖੈਮੇ ਦੇ ਨੇੜੇ ਆਏ ਇੱਥੇ ਅਕਬਰ ਦਾ ਸਰ ਮੋਢੇ ਤੋਂ ਲਹਿਣ ਲੱਗ ਹੁਸੈਨ ਪੁੱਤਰ ਕੋ ਜ਼ਮੀਨ ਤੇ ਸਮਾਇਆ ਸ ਖੈਮੇ ਵਾਲੇ ਪਾਸੇ ਇਸ਼ਾਰਾ ਕਰ ਗਿਆ ਤੇ ਜਿੰਨਾ ਮਿਲਿਆ ਅਕਬਰ ਦੇ ਪੈਰਾਂ ਤੇ ਬੋਸਾ ਦਿੱਤਾ ਸੀ ਆਦਿ ਅਕਬਰ ਆ ਇਹ ਨਿਖੜੀ ਦਾ ਬੋਸਾ ਆਈ ਬਿਮਾਰ ਆਵੇ ਹਾ ਫਿਰਾ ਮਰਨ ਵਾਲਾ ਈ ਅਜਾਦਾਰੋ ਬਹਾਵਲਪੁਰਾ ਲਿਓ ਹੁਣ ਅਗਰ ਮਾਤਮ ਕਰੋ ਤਾਂ ਮੈਂ ਨਾ ਖਾਂ ਬਾਬਾ ਮਿੰਬਰ ਸ਼ਬੀਰ ਦੀ ਕਸਮ ਏ ਅਲੀ ਦੀ ਧੀ ਟੁਰੀਏ ਹੁਸੈਨ ਨਾਲ ਗੱਲ ਕੀਤੀ ਹੈ ਹੁਸੈਨ ਦੀ ਕਿਹੜੀ ਹਾਲਤ ਏ ਪੁੱਤਰ ਦੇ ਸੀਨੇ ਤੇ ਹੱਥ ਰੱਖੀ ਬੈਠੇ ਰੋਂਦਾ ਬੈਠੇ ਹੁਸੈਨ ਆਦੀ ਮੈਂ ਤੇਰੀ ਆਤੀ ਭਾਈਵਾਲ ਭੈਣਾ ਹੁਣ ਅਲੀ ਦੀ ਧੀ ਰੋ ਕੇ ਬੈਣ ਕੀਤਾ ਹੈ ਜ਼ਹਰਾ ਦਾ ਜਾਇਆ ਅੱਲਾ ਵਸਾਇਆ ਅਕਬਰ ਦੇ ਸੀਨੇ ਤੂੰ ਜ਼ਰਾ ਹੱਥ ਹਟਾ ਜਾ ਅਕਬਰ ਦੇ ਸੀਨੇ ਤੂੰ ਜ਼ਰਾ ਹੱਥ ਹਟਾ ਜਾ ਮੈਂ ਮਲੇਛਾ ਤੂੰ ਪਰਚ ਕਰ ਗਿਆ ਮੈਂ ਮਲੇਛਾ ਤੂੰ ਪਰਚ ਕਰ ਗਿਆ ਆਪਣੇ ਦੇ ਠੁੱਕ ਦੇ ਤਾਇਆ ਜੀ ਬੁਲਾ ਜਾ ਚਦਾਲੀ ਦੀ ਵੀ ਗੱਲ ਕੀਤੀ ਹੈ ਬਾਬਾ ਜੀ ਬਿਸਮਿਲਲਾ ਕਰਾ ਹੁਣ ਸਾਰੇ ਮਾਤਮ ਕਰੋ ਸਰ ਦਾ ਪੁਰਸਾ ਕਰਦੇ ਰਹੋ ਵਹਿਣ ਕਰਦੇ ਰਹੋ ਰੋ ਕੇ ਬੈਠੀ ਆ ਜਾ ਜ਼ਹਰਾ ਦਾ ਜਾਇਆ ਅੱਲਾ ਵਸਾਇਆ ਜ਼ਹਰਾ ਦਾ ਜਾਇਆ ਅੱਲਾ ਵਸਾਇਆ ਅਕਬਰ ਦੇ ਸੀਨੇ ਤੋਂ ਜ਼ਰਾ ਹੱਥ ਹਟਾ ਜਾ ਅਕਬਰ ਦੇ ਸੀਨੇ ਤੋਂ ਜ਼ਰਾ ਹੱਥ ਹਟਾ ਜਾ ਪੁੱਪੀਆਂ ਦੇ ਅੱਗੋਂ ਹੱਥ ਜੋੜੇ ਨੇ ਇਸ ਰੋ ਕੇ ਆਦੀ ਅੰਮਾ ਕਾਲ ਕੱਪੜੇ ਮੇਰਾ ਵੀਰ ਮਰ ਗਿਆ